ਸੌਖਾ ਸ਼ਬਦ ਹੈ ਪਹਿਲੇ ਕਾਲੇ ਤੋਂ ਮਤਲਬ ਪਹਿਲੇ ਸੁਰ ਤੋਂ ਜਾਂ ਇਹਨੂੰ ਸੀ ਸ਼ਾਰਪ ਤੋਂ ਅਸੀਂ ਸਕੇਲ ਤੋਂ ਸਿੱਖਦੇ ਹਾਂ ਕਿਉਂਕਿ ਇੱਥੋਂ ਸਕੇਲ ਤੋਂ ਸਾਰੇ ਬੱਚੇ ਵੀ ਗਾ ਸਕਦੇ ਆ ਅਤੇ ਸਕੇਲ ਤੋਂ ਵੱਡੀ ਉਮਰ ਦੇ ਲੋਕ ਵੀ ਸਿੱਖ ਸਕਦੇ ਔਰ ਗਾ ਸਕਦੇ ਪਹਿਲੇ ਸੀ ਸ਼ਾਰਪ ਤੋਂ ਅਸੀਂ ਗਾਣਾ ਇਸ ਸ਼ਬਦ ਨੂੰ ਗਾਵਾਂਗੇ ਅਤੇ ਸ਼ਬਦ ਦੇ ਬੋਲ ਨੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸਰਨ ਗਹੀ ਪ੍ਰਭ ਗੁਣੀ ਗਹਿਰਾ ਮੰਤਰਾ ਜੀ ਇਹਦਾ ਅਗਲੇ ਜਿਹੜਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਅਤੇ ਇਹ ਜਿਹੜਾ ਸ਼ਬਦ ਹੈ ਅਸੀਂ ਆਪਣੇ ਸੁਰਾਂ 'ਤੇ ਕਿਵੇਂ ਵਜਾਵਾਂਗੇ ਮੈਂ ਬੜੇ ਤਰੀਕੇ ਨਾਲ ਸਲੋ ਸਲੋ ਮੋਸ਼ਨ ਵਿੱਚ ਦੱਸੂੰਗਾ ਉਸ ਤੋਂ ਬਾਅਦ ਇਹਨੂੰ ਕੰਟੀਨਿਊ ਪਗਾ ਕੇ ਵੀ ਵੇਖਾਂਗੇ ਕਿ ਕਿਸ ਤਰ੍ਹਾਂ ਇਹ ਸ਼ਬਦ ਦਾ ਜਿਹੜਾ ਮਿਠਾਸ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਸਾਰੇ ਸੁਰ 'ਚ ਸ਼ੁੱਧ ਲਾਉਣੇ ਆ ਪਹਿਲਾਂ ਆਪਾਂ ਨੂੰ ਸਰਗਮ ਬਾਰੇ ਪਤਾ ਹੋਣਾ ਚਾਹੀਦਾ ਸਾ ਉਧਰ ਰੇਕ ਸ਼ੁੱਧ ਗਾ ਸ਼ੁੱਧ ਮਾਂ ਸ਼ੁੱਧ ਪਾ ਧਾ ਔਰ ਨੀ ਸਾ ਸਾਰੇ ਸੱਤੇ ਸੁਰ ਜਿਹੜੇ ਇਸ ਸ਼ਬਦ ਵਿੱਚ ਸ਼ੁੱਧ ਲੱਗਣਗੇ ਪਹਿਲਾ ਜਿਹੜਾ ਪਹਿਲੀ ਲਾਈਨ ਹੈ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਉਹਨੂੰ ਵਜਾਉਣ ਲਈ ਸੁਰ ਲੱਗਣਗੇ ਸਾ ਸਾ ਰੇ ਗਾ ਰੇ ਸਾ ਸਾ ਦੋ ਵਾਰੀ ਸਾ 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 ਦੈਨ ਇੱਕ ਵਾਰੀ ਰੇ ਤੇ ਗਾ ਰੇ ਚਾਰ ਵਾਰੀ ਰੇ ਅੱਛਾ ਦੋਸਤੋ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਾਂ ਤਾਂ ਰੇ ਨੂੰ ਆਪਾਂ ਪੌਜ਼ ਕਰ ਲਈਏ ਚਾਰ ਬੀਟ ਤੱਕ ਮਤਲਬ ਚਾਰ ਮਾਤਰਾ ਤੱਕ ਇਹਨੂੰ ਆਪਾਂ ਲੰਬਾ ਰੱਖੀਏ ਚਾਹ ਇਹਨੂੰ ਆਪਾਂ ਚਾਰ ਵਾਰੀ ਵਜਾ ਦਈਏ ਰੇ ਇਸ ਤਰ੍ਹਾਂ ਕਰ ਲਓ ਸਾ ਸਾ ਰੇ ਗਾ ਰੇ ਇਸ ਲਾਈਨ ਦੇ ਉੱਤੇ ਕੀ ਬੋਲਣਾ ਆਪਾਂ ਤੂੰ ਮੇਰਾ ਕਰਤਾ ਹਾਂ ਹਾਂ ਤੱਕ ਇਹ ਸ਼ਬਦ ਜਿਹੜਾ ਅਸੀਂ ਬੋਲਣਾ ਇਹਨਾਂ ਸੁਰਾਂ 'ਤੇ ਤੂੰ ਮੇਰਾ ਕਰਤਾ ਹਾਂ ਦੂਸਰੀ ਲਾਈਨ 'ਤੇ ਵੀ ਸੁਰ ਸੇਮ ਵਜਾਉਣੇ ਆ ਇਕੱਲੇ ਬੋਲ ਬਦਲ ਦੇਣੇ ਆਪਾਂ ਸੌਖਾ ਇਹ ਹੈ ਜਿਵੇਂ ਤੂੰ ਮੇਰਾ ਕਰਤਾ ਹਾਂ ਸੁਰ ਹੋਈ ਸੇਮ ਸਾ ਸਾ ਰੇ ਗਾ ਰੇ ਹਾਂ ਹੁਣ ਤੱਕ ਹੋ ਗਿਆ ਸੇਵਕ ਤੇਰਾ ਸਾਰੀ ਲਾਈਨ ਗਾਉਂਦੇ ਹਾਂ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਇਹ ਆਪਣੀ ਇੱਕ ਲਾਈਨ ਹੋ ਗਈ ਕੰਪਲੀਟ ਅਗਲੀ ਲਾਈਨ ਗਾਉਣ ਲਈ ਇਸ ਇਹ ਦੁਬਾਰਾ ਦੱਸੂੰਗਾ ਕਿ ਇਸ ਜਿਹੜੇ ਪਹਿਲੀ ਲਾਈਨ ਦੇ ਵਿੱਚ ਜਿਹੜਾ ਹਾਫ ਹਾਫ ਜਿਹੜਾ ਪੋਰਸ਼ਨ ਹੈ ਦੋਨਾਂ 'ਤੇ ਸੇਮ ਲੱਗਦਾ ਜਿਵੇਂ ਸਾ ਸਾ ਰੇ ਗਾ ਰੇ ਅੱਧਾ ਇੱਥੇ ਹੋ ਗਿਆ ਸੇਵਕ ਤੇਰਾ ਜਿਵੇਂ ਸੇਵਕ ਤੇਰਾ ਸੁਰ ਉਹੀ ਲੱਗ ਰਿਹਾ ਸਿਰਫ ਸ਼ਬਦ ਜਿਹੜੇ ਹੈ ਬੋਲ ਹੈ ਉਹ ਬਦਲ ਜਾਂਦੇ ਅਗਲੀ ਜਿਹੜੀ ਇਹਦੇ ਨਾਲ ਜੁੜਦੀ ਲਾਈਨ ਹੈ ਸਰਨ ਗਹੀ ਪ੍ਰਭ ਗੁਣੀ ਗਹਿਰਾ ਸਰਨ ਗਹੀ ਪ੍ਰਭ ਚਾਰ ਵਾਰ ਮਾਂ ਦੈਨ ਗਾ ਫਿਰ ਰੇ ਦੇਖੋ ਮਾਂ 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 ਗਾ ਸਾਰੇ ਇੱਕ ਵਾਰੀ ਫਿਰ ਮਾਂ 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 ਗਾ ਸਾਰੇ ਸਰਨ ਗਹੀ ਪ੍ਰਭ ਬੱਚਿਆਂ ਨੂੰ ਮੈਂ ਥੋੜ੍ਹੇ ਕਲੀਅਰ ਕਰਦੇ ਹਾਂ ਕਿ ਜਦੋਂ ਮੈਂ ਇੱਕ ਫਿੰਗਰ ਨਾਲ ਚਲਾ ਰਿਹਾ ਇਸ ਕਰਕੇ ਕਿ ਤੁਹਾਨੂੰ ਜਿਹੜੀ ਇਹਦੀ ਫੋਟੋ ਜਿਹੜੀ ਤਸਵੀਰ ਹੈ ਜਾਂ ਇਹਦੀ ਕੋਈ ਵੀਡੀਓ ਹੈ ਪ੍ਰੋਪਰ ਤੁਹਾਨੂੰ ਸਮਝ ਲੱਗ ਜਾਵੇ ਮੈਂ ਕਿਹੜੇ ਕਿਹੜੇ ਸੁਰ ਲਗਾ ਰਿਹਾ ਅਤੇ ਤੁਸੀਂ ਆਪਣੇ ਜਿਹੜੀਆਂ ਉਂਗਲਾਂ ਨੂੰ ਪੂਰੇ ਤਰੀਕੇ ਨਾਲ ਵਰਤਣਾ ਇਸ ਤਰ੍ਹਾਂ ਇੱਕ ਉਂਗਲ ਨਾਲ ਨਹੀਂ ਵਜਾਉਣਾ ਪੂਰੀ ਉਂਗਲਾਂ ਨਾਲ ਵਜਾਉਣਾ ਜਿਹੜੇ ਉਂਗਲਾਂ 'ਤੇ ਯੂਜ਼ ਹੁੰਦੀਆਂ ਤਾਂ ਇਸ ਕਰਕੇ ਮੈਂ ਉਂਗਲ ਇੱਕ ਤਾਂ ਯੂਜ਼ ਕਰ ਰਿਹਾ ਕਿ ਤੁਹਾਨੂੰ ਜਿਹੜੇ ਆਹ ਸੁਰ ਜਿਹੜੇ ਮੈਂ ਦਬਾ ਰਿਹਾ ਅਤੇ ਪ੍ਰੋਪਰ ਸੁਣ ਜੇ ਦਿਖ ਜੇ ਸਾਰੇ ਇੱਥੇ ਬੋਲਣਾ ਸਰਨ ਗਹੀ ਪ੍ਰਭ ਸਰਨ ਗਹੀ ਪ੍ਰਭ ਇਹ ਤੱਕ ਹੋ ਗਿਆ ਗੁਣੀ ਗਹੀਰਾ ਕਿਵੇਂ ਵਜੂਗਾ ਗਾ ਗਾ ਰੇ ਸਾ
ਰੇ ਰੇ ਸਾ ਗਾ ਗਾ ਰੇ ਸਾ ਰੇ ਰੇ ਸਾ ਗੁਨੀ ਗਾ ਗੁਨੀ ਤਿੰਨ ਸੁਰਾਂ ਨਾਲ ਗੁਣੀ ਗੁਨੀ ਗਹਿਰਾ ਗਹਿਰਾ ਵੀਡੀਓ ਨੂੰ ਪਿੱਛੇ ਅੱਗੇ ਕਰਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਵੀ ਪ੍ਰੋਪਰ ਕੀ ਸੁਰ ਲੱਗ ਰਿਹਾ ਇੱਕ ਵਾਰੀ ਪੂਰੀ ਲਾਈਨ ਗਾਉਂਦੇ ਹਾਂ ਸਰਨਾ ਗਹੀ ਪ੍ਰਭ ਗੁਨੀ ਗਹਿਰਾ ਆਹ ਲਾਈਨ ਪੂਰੀ ਗਾਉਂਦੇ ਹਾਂ ਆਪਾਂ ਸਥਾਈ ਜਿਹੜੀ ਹੈ ਤੂੰ ਮੇਰਾ ਕਰਤਾ ਹੋ ਸੇਵਕ ਤੇਰਾ ਸਰਨ ਗਹੀ ਪ੍ਰਭ ਗੁਨੀ ਗਹਿਰਾ ਇਹ ਆਪਣਾ ਹੋਗਾ ਜੀ ਸਥਾਈ ਜਿਹੜੀ ਇਸ ਸ਼ਬਦ ਦੀ ਹੈ ਅੰਤਰਾ ਗਾਉਣ ਲਈ ਬੋਲ ਹੈਗਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ ਉਹਨਾਂ ਨੂੰ ਕਿਸ ਤਰ੍ਹਾਂ ਵਜਾਇਆ ਜਾਊਗਾ ਪਾ 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 ਦੋ ਵਾਰੀ ਪਾ 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 ਗਾਮਾ ਪਾ 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 ਗਾਮਾ ਪਾ ਪਾ ਗਾਮਾ ਪਾ ਪਾ ਤੂੰ ਮੇਰਾ ਤੂੰ ਮੇਰਾ ਤਰੰਗ ਹਮ ਜਿਹੜਾ ਪਾ ਲਓ ਚਾਰ ਵਾਰ ਵਜਾਉਣਾ ਜਾਂ ਤਿੰਨ ਦੋ ਵਾਰ ਵਜਾ ਲਓ ਲੰਬਾ ਕਰਨਾ ਜਾਂ ਇੱਕ ਵਾਰੀ ਪ੍ਰੈਸ ਕਰਕੇ ਆਪਾਂ ਲੰਬਾ ਕਰ ਸਕਦੇ ਦੇਖੋ ਕਿਸ ਤਰ੍ਹਾਂ ਕਰਨਾ ਤੂੰ ਮੇਰਾ ਤਰੰਗ ਹਮ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਮੀਨ ਪਧਨੀ ਮੀਨ ਮੀਨ ਤੁਮਾਰੇ ਪਧ ਤੁਮਾਰੇ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਤੂੰ ਮੇਰਾ ਠਾਕੁਰ ਹਮ ਤੂੰ ਮੇਰਾ ਠਾਕੁਰ ਹਮ ਤੂੰ ਮੇਰਾ ਠਾਕੁਰ ਹਮ ਤੇਰੇ ਸਾ ਤੇਰੇ ਦੁਆਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਲਓ ਜੀ ਹੁਣ ਪੂਰਾ ਤੁਸੀਂ ਸ਼ਬਦ ਜਿਹੜਾ ਆਪਾਂ ਸਿੱਖ ਲਿਆ ਜਿਹੜੀ ਅਗਲੇ ਸ਼ਬਦ ਦੇ ਅਗਲੀਆਂ ਹੋਰ ਪੰਕਤੀਆਂ ਹੁੰਦੀਆਂ ਉਹ ਲਾਈਨਾਂ ਨੂੰ ਤੁਸੀਂ ਪ੍ਰੋਪਰ ਇਸੇ ਟਿਊਨ 'ਤੇ ਗਾ ਸਕਦੇ ਹੋ ਜਿਵੇਂ ਪਾ ਪਾ ਗਾ ਮਾ ਪਾ 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 ਧਾ ਨੀ ਪਾ ਧਾ ਧਾ ਪਾ ਇਹ ਜਿਹੜਾ ਆਪਾਂ ਹੁਣ ਗਾਇਆ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਇਸੇ ਟਿਊਨ ਦੇ ਉੱਪਰ ਜਾਣੀ ਕਿ ਇਹਨਾਂ ਸੁਰਾਂ ਦੇ ਉੱਪਰ ਹੀ ਅਗਲੇ ਜਿਹੜੇ ਆਪਣੀਆਂ ਲਾਈਨਾਂ ਪੰਕਤੀਆਂ ਹੁੰਦੀਆਂ ਉਹ ਵੀ ਗਾ ਕੇ ਪੂਰਾ ਸ਼ਬਦ ਅਸੀਂ ਸਿੱਖ ਸਕਦੇ ਹਾਂ ਉਹ ਗਾ ਸਕਦੇ ਹਾਂ